ਜੀ ਪਹਿਲਾ ਸਟਾਪ ਆ ਸਾਡਾ ਅੱਜ ਦੇ ਟੂਰ ਦਾ ਸੈਚਰਡੇ, ਅਤੇ ਆਹ ਕੁੱਤਾ ਬੈਠਾ ਸ਼ੇਰ ਵਰਗਾ ਘਰ 'ਚ। ਉਹ ਪਿੱਛੇ ਜੰਗਲ ਆ ਸਾਰਾ, ਉਹ ਪਿੱਛੇ ਜੰਗਲ ਹੀ ਜੰਗਲ ਆ। ਉਹ ਕੁੱਤਾ ਬੈਠਾ ਆਹ ਕੁੱਤਾ ਬੈਠਾ, ਸਾਡੀਆਂ ਗੱਡੀਆਂ ਖੜੀਆਂ ਜਾਣਾ ਹੁਣ, ਤਿਆਰੀ ਕਰ ਰਹੇ ਜਾਣ ਦੀ ਦੋ ਟਰੱਕਾਂ ਤੇ। We're gonna be on YouTube, Rick. ਤੇ ਆ ਗਈਆਂ ਬੇਬੇ ਆਕਾਸ਼ ਹੈਲੋ ਹੈਲੋ, ਬਾਕੀ ਸਟਾਫ ਆ ਗਿਆ, ਆਹ ਟਰੱਕ ਤਿਆਰ ਨੇ ਸਾਡੇ ਜਾਣ ਲਈ। ਓਕੇ ਭੱਜ ਹੀ ਗਿਆ। ਹੈਲੋ, ਉਹ ਬੀਬੀਆਂ ਚੱਲ ਪਈਆਂ ਅੱਗੇ ਟਰੱਕ 'ਚ, ਪਿੱਛੇ ਅਸੀਂ ਜਾ ਰਹੇ ਹਾਂ। ਰੁਕੇ ਹਾਂ ਰੈਸਟੋਰੈਂਟ 'ਤੇ ਤੇਲ ਪਾਉਣ ਨੂੰ, ਆ ਰੋਡ ਜਾਂਦੀ ਹੈ ਟਰੱਕਾਂ ਵਾਲੀ ਜੀ। ਲੱਦ ਲਏ ਆ ਵਾਸ਼ਰੂਮ ਉੱਪਰ ਜਾਣਾ ਅੱਗੇ ਹੋਣਾ ਟਰੱਕ 'ਚ, ਅਤੇ ਇੱਧਰ ਇੱਕ ਕੁੱਤਾ ਆ ਗਿਆ, ਉਹਦੀ ਮਸਾਜ ਚੱਲ ਰਹੀ ਆ, ਧੁੱਪ ਸੇਕ ਰਿਹਾ ਨਾ, ਇਹਦਾ ਪਤਾ ਨਹੀਂ ਕੀ ਆ, ਕੁੱਤਾ ਹੀ ਆ ਵੈਸੇ। ਹੈਲੋ, ਅਸੀਂ ਆਏ ਹਾਂ ਘੁੰਮਣ ਇੰਗਲਿਸ਼ ਰਿਵਰ, ਅਤੇ ਦੇਖ ਸਕਦੇ ਤੁਸੀਂ ਪਿੱਛੇ ਰਿਵਰ ਬਹੁਤ ਵਧੀਆ ਜੀ, ਸ਼ਾਂਤੀ। ਅਸੀਂ ਇੰਗਲਿਸ਼ ਰਿਵਰ ਆ ਕਰਨੇ ਆਲੇ ਦੁਆਲੇ ਬਣੇ ਹੋਏ, ਆਹ ਬਣਾਇਆ ਫਿਸ਼ਿੰਗ ਕਰਨ ਲਈ ਸਪੈਸ਼ਲ, ਬਹੁਤ ਹੀ ਘੈਂਟ ਏਰੀਆ। ਚੱਲੀਏ ਉੱਥੇ, ਚੱਲ ਮੈਂ ਬਣਾ ਰਿਹਾ ਵੀਡੀਓ। ਮਨਪ੍ਰੀਤ ਜਾ ਰਹੀ ਆ ਉੱਥੇ, ਪਾਣੀ ਇੰਨਾ ਕਲੀਅਰ ਉਹ ਵਿੱਚ ਸਾਰਾ ਕੁਝ ਪਿਆ ਦਿਖ ਰਿਹਾ। ਹਿੱਲਦਾ ਬੇਸ, ਇਹੀ ਬੋਲਿਆ ਹੁਣ ਮੈਂ ਉੱਥੇ। ਸਵਾ ਏਰੀਆ ਇੰਗਲਿਸ਼ ਰਿਵਰ ਦਾ, ਆਹ ਕਿਸ਼ਤੀਆਂ ਪਈਆਂ ਨੇ ਜਿਹਦੇ ਨਾਲ ਮੱਛੀਆਂ ਫਿਸ਼ਿੰਗ ਕਰਨ ਜਾਂਦੇ ਆ ਬੋਟ ਲੈ ਕੇ ਰਿਵਰ ਦੇ ਵਿੱਚ। ਆ ਹੋਰ ਸਮਾਨ ਸਮੂਨ ਪਿਆ ਪੁਰਾਣਾ, ਉਹ ਟਰੱਕ ਖੜ੍ਹਾ ਸਾਡਾ, ਉਹ ਘਰੇ ਵਾਲੀ ਨਾ ਆ ਕਿਸੇ ਨੇ ਆ ਕੇ ਉਰੇ ਕੈਂਪਿੰਗ ਕਰਨੀ ਆ, ਉਹਦੇ ਲਈ ਆ ਕੱਪੜੇ ਧੋਣ ਨੂੰ ਵਾਸ਼ਰੂਮ ਵਗੈਰਾ 'ਚ ਬਣੇ ਹੋਏ ਆ। ਆ ਘਰ ਵਾ ਏਰੀਆ ਸਾਰਾ, ਇੱਧਰ ਮੇਨ ਰੋਡ ਲੰਘਦੀ ਆ, ਬੈਕ ਸਾਈਡ 'ਤੇ ਗੱਡੀਆਂ ਟਰੱਕ ਲੰਘਦੇ ਆ। ਪਿੱਛੇ ਫੋਟੋ ਦੇਖ ਰਹੇ ਹੋ, ਫੋਟੋ ਨਹੀਂ ਕੰਨ 'ਤੇ ਲੱਗੇ ਆ ਮੂਸ, ਕੈਨੇਡਾ ਹੀ ਪਾਇਆ ਜਾਂਦਾ, ਬਹੁਤ ਵੱਡਾ ਹੁੰਦਾ ਜਾਨਵਰ। ਨੰਗ
ਕੇ ਗਿਆ ਭਾਈ ਪੈੜਾਂ ਨੇ ਮੂਸ ਦੀਆਂ ਕੈਨੇਡਾ ਦਾ ਹੈਗਾ ਜਿਹੜਾ ਇੱਕ ਬਾਰਾਂ ਸਿੰਘੇ ਤੋਂ ਆਪਣੇ ਨੀਲ ਗਊ ਕਹਿੰਦੇ ਉਹੋ ਜਿਹੀ ਇਹ ਜਾਨਵਰ ਇੱਥੋਂ ਲੰਘ ਕੇ ਗਿਆ ਆਪਦੀਆਂ ਪੈੜਾਂ ਨੇ ਫਿਰਦੇ ਰਹਿੰਦੇ ਜੰਗਲੀ ਜਾਨਵਰ ਇੱਧਰ ਨੂੰ ਜਾਂਦਾ 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 ਉਹ ਹੋ ਗਿਆ ਆਹ ਪੈੜਾਂ ਆਪਦੀਆਂ ਕਲੀਅਰਲੀ ਦੇਖ ਸਕਦੇ ਮੂਸ ਉਹ ਜੰਗਲ ਆ ਪਰੇ ਸਾਰਾ ਪਨੀਰ ਦਾ ਏਰੀਆ ਜੇ ਕਿਸੇ ਨੇ ਆ ਕੇ ਇੱਥੇ ਕੈਨੇਡਾ 'ਚ ਰਹਿਣਾ ਇਹ ਰੀਵਰ ਦੇ ਨੇੜੇ ਜਿਹੜੇ ਕੈਂਪਿੰਗ ਕਰਦੇ ਆ ਤਾਂ ਤੁਸੀਂ ਕਰ ਸਕਦੇ ਹੋ ਸੰਪਰਕ ਆਪਾਂ ਨੂੰ ਜਗ੍ਹਾ ਦੱਸ ਦਿੰਦੇ ਹਾਂ ਅਤੇ ਸੇਫਟੀ ਪੂਰੀ ਆ ਅਤੇ ਇਨਵਾਇਰਮੈਂਟ ਵੀ ਪੂਰਾ ਵਧੀਆ ਨੀਅਰ ਹੀ ਹੋਟਲ ਵੀ ਹੈ ਇੱਕ 100 ਮੀਟਰ 'ਤੇ ਅਤੇ ਤੁਸੀਂ ਉੱਥੇ ਵੀ ਰੂਮ ਲੈ ਸਕਦੇ ਹੋ ਜੇ ਇੱਥੇ ਰਹਿਣਾ ਤਾਂ ਵੀ ਦੇਖ ਸਕਦੇ ਹੋ ਅਤੇ ਪ੍ਰੋਪਰ ਆਪਣੇ ਕੋਲ ਗਾਈਡ ਹੈਗਾ ਇੱਕ ਗੋਰਾ ਅਤੇ ਉਹ ਹੈਲਪ ਕਰਦਾ ਗਾਈਡ ਕਰ ਦਿੰਦਾ ਪੂਰੀ ਸੇਫਟੀ ਵਾਲੀ ਆ ਜਗ੍ਹਾ ਜਾਣੀ ਜੀ ਧੰਨਵਾਦ ਅਤੇ ਆ ਗਏ ਅਸੀਂ ਘਰ ਬਾਹਰ ਐਂਟਰੈਂਸ ਡੋਰ ਦੀ ਆ ਸਾਰੇ ਜਾਣੇ ਘੁੰਮ ਰਹੇ ਆ ਇੰਗਲਿਸ਼ ਰਿਵਰ ਹਾਊਸ ਜਾਗ ਉਗ ਸੇਕਣੀ ਹੋ ਰਿਹਾ ਟੀ ਵੀ ਕਿਚਨ ਭਾਲੂਆਂ ਦੀ ਫੋਟੋ ਅੰਦਰ ਹੋਰ ਰੂਮ ਨੇ ਬੇਸਮੈਂਟ ਇੱਥੇ ਤੁਸੀਂ ਆ ਕੇ ਆਪਦੀ ਸਟੋਰੀ ਲਿਖ ਸਕਦੇ ਹੋ ਜਿਵੇਂ ਕਿ ਲਿਖ ਰਹੀ ਆ ਆਕਾਸ਼ ਤੂੰ ਲਿਖਤੀ ਮਨਪ੍ਰੀਤ